कही तंत्र है भैया, खुरपी ना पट ला। कही नाल दियां टुट जांदियां ने। हैं? पता नहीं। ओहो, क्या पानी नहीं ना आया, पानी करके कड़ा हो गया। पानी का अंदर गल देंगे हैं, फिर गल देंगे। चीरनिया बाहर ने ना फेर के पीवा मैं रे। अच्छा, बीबी कह रही थी ना नहीं, बीबी जी बीबी कहनी मैंने बला फिर चीर दूंगी, तीन बीबी कहनी मैं चीर दूंगी। हाँ हाँ, फिर वो कहनी शाम को बना लाँगी। अरे साफ नहीं, एक बारी होर धोइया जानी है। बीबी ने भेजा फिर कह तर, बीबी कह रही क्या मैं चीर देने बाहर। चल ठीक है फिर, टंकी खाली है। आहो फिर नहीं, फिर तो गल जाए ने, पानी करके पानी नहीं आएगा तो करके खड़िया ने हले, नहीं नहीं बचते तू। हेलो कर ला, हेलो अबू हेलो कर, 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 हेलो कर,
हां पता मनू पोटी कर ली इन्हें टिकदा नहीं लंगोटिया यार हुण हैगा है लंगोटिया यार पेशाब कर लिया न्याणे ने बाहर गिर गया तंबी सुकी सुकी पजामिया च गले कड़ दिंदे हां गले कड़ दिंदे तुसी भी देखिया होना गले ता ना 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 लिया सी देख लिया और ताही ता मैं कह रही हां गले डायपर देखे ने डायपर ना लंगोट ता मैं देखे ने लंगोट देखे ने ओ नहीं देखे जेडी बीबी गले नहीं देखे बीबी करी जिमे तुसी भी गले देखा हां ओ नहीं देखे ओ ता पहला हुंदे ते जद कच्चे घर हुंदे जद पहला हां ओ पहला बुढ़ियां करदियां हुंदी थी जद पोटी बच्चे ने कर ली ओथी लिप दंदी ते गोल 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 कह कहंदे ते हुंदे भूआ मेरी काम लो कहंदी सारे घर च एवें गोल गोल होए पए हुंदे ते कहंदे गोल हुंदे हो बहु गोल आऊ ओथी खा ओथी ते बहु लंब तलंबी जी आ जूगी जे लंबा तलंबा जा लिपो भी गोल लिपियो हां कहंदे ते चल हुन भांडे मांजने अज बीबी कहंदी मैं धरूंगी शाम दी सब्जी अज देखो बीबी लग गई धरन सब्जी आलू गाजरां दी की लोड़ हैगी है दी तेल तो थोड़ा जाई तेल तो थोड़ा ही अहीं पर अहीं पीपी नाले पा लेंगे चल बस 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 नहीं पिछे जी घर से जी जमी हुई होंगी वह गिर जानी पिछे घर का तेल है ना घर का नहीं है सच हैगा तो मुल दा ही है पर ये नीचे ना कालस जमी भी होंगी है ना काई जी तेल जो एंड च तेल जहा हो जाता है भुन हो गया हूं तो चार उठ जी मिर्चा की जब पानी पाने मिर्चा की वह उठ जी है अरे मूरे तक आ रही है मैं लिया
ਪਾਣੀ ਮੈਂ ਲਿਆਨੀ ਨਾ ਪਾ ਦਾਂਗੇ ਹਾਂ ਇੱਥੇ ਸਮਾਰ ਲਾਂਗੇ ਇਹਨਾਂ ਧਣੀਆਂ ਹਾਂ ਇੱਥੇ ਸਮਾਰ ਕੇ ਬਸ ਨਾਲ ਦੀ ਨਾਲੇ ਪਾ ਦਾਂਗੇ ਇੱਥੇ ਹਾਂ ਵੱਢ ਲਿਆ ਵੱਢ ਕੇ ਲਿਆਨੀ ਫਿਰ ਸਮਾਰ ਤਾਂ ਫਿਰ ਤਾਂ ਧਣੀਆਂ ਵੀ ਸਾਡੇ ਬਸ ਸੁੱਕ ਜੇ ਰਿਹਾ ਏ ਸਾਰਾ ਨਵੇਂ ਸਿਰੇ ਤੇ ਲਾਵਾਂਗੇ ਪਰ ਪਤਾ ਨਹੀਂ ਉਹ ਵੀ ਕਦ ਤੱਕ ਹੋਊਗਾ ਹੁਣ ਐਤਕੀ ਧਣੀਆਂ ਮੇਥੇ ਇਹ ਚੀਜ਼ਾਂ ਬਹੁਤ ਘੱਟ ਹੋਈਆਂ ਨੇ ਹਨਾ ਹੋਰ ਪੈੜੀ ਖਾ ਗਈ ਹਾਂ ਪੈੜੀ ਖਾ ਕਰਕੇ ਹੈ ਪੈੜੀ ਖਾਣ ਕਰਕੇ ਹੀ ਘਟ ਗਈਆਂ ਚੀਜ਼ਾਂ ਕੋ ਜੜਾ ਪੱਟ ਗਈ ਪੱਟਦੀਆਂ ਪੈੜੀ ਨੇ ਹਾਂ ਦੁਬਾਰੇ ਬੀਜਿਆ ਦੇਖੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰ ਹੈ ਫੈਮਿਲੀ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਫੈਮਿਲੀ ਵਲੋਗ ਸੋਰੀ ਮੂੰਹ 'ਚੋਂ ਹੀ ਨਿਕਲੀ ਜਾਂਦਾ ਪਰ ਕੋਈ ਗੱਲ ਨਹੀਂ ਉਹ ਵੀ ਆਪਣਾ ਹੀ ਚੈਨਲ ਹੈ ਪਰ ਮੂੰਹ 'ਚੋਂ ਬਸ ਜਿਹੜੀ ਹੁਣ ਆਦਤ ਪਈ ਵੀ ਉਹੀ ਨਿਕਲਦਾ ਰੋਜ਼ ਅਤੇ ਬਸ ਅੱਜ ਅਸੀਂ ਧਰਨ ਲੱਗੇ ਹਾਂ ਹੁਣ ਆਲੂ ਗਾਜਰਾਂ ਦੀ ਸਬਜ਼ੀ ਅੱਜ ਬੀਬੀ ਤੜਕਾ ਲਾਊਗੀ ਬੀਬੀ ਕਹਿੰਦੀ ਅੱਜ ਸਬਜ਼ੀ ਮੈਂ ਬਣਾਊਂਗੀ ਗਾਜਰਾਂ ਹੁਣ ਪੱਟ ਕੇ ਲਿਆਉਣੀਆਂ ਪਹਿਲਾਂ ਅਸੀਂ ਮੇਥੇ ਪੱਟਣ ਦੀ ਸਲਾਹ ਤੀ ਤੋੜਨ ਦੀ ਸੋਰੀ ਹੁਣ ਕਹਿ ਰਹੇ ਵੀ ਚੱਲ ਗਾਜਰਾਂ ਵੀ ਮੇਥੇ ਘੱਟ ਨੇ ਫਿਰ ਇੱਕ ਅੱਧੇ ਦਿਨ 'ਚ ਸਾਗ ਵੀ ਧਰਨਾ ਏ ਮੇਥੇ ਹੈ ਨਹੀਂ ਫਿਰ ਹੈ ਗਾਜਰਾਂ ਕਰ ਲਾਂਗੇ ਫਿਰ ਹੁਣ ਮੇਥੇ ਤਾਂ ਹਣ ਨਹੀਂ ਇੰਨੇ ਹਾਂ ਬੀਬੀ ਕਹਿੰਦੀ ਮੇਥੇ ਹੈ ਨਹੀਂ ਇੰਨੇ ਨਾ ਮੇਥੇ ਤਾਂ ਹੈ ਹੀ ਨਹੀਂ ਮੇਥੀ ਉਹ ਆ ਬਸ ਮੇਥੀ ਉਹ ਮੇਥੇ ਦਾ ਮੁੱਲ ਲਵਾਂਗੇ ਪਾਲੇ ਘੁਮਾਰ ਤੇ ਹਾਂ ਮੇਥੀ ਅਸੀਂ ਮੁੱਲ ਲਵਾਂਗੇ ਬਸ ਆਲੂ ਗਾਜਰਾਂ ਹੀ ਬਣਾਉਂਦੇ ਹਾਂ ਹੁਣ ਅੱਜ ਬੀਬੀ ਤੜਕਾ ਲਾਊਗੀ ਬੀਬੀ ਕਹਿੰਦੀ ਅੱਜ ਸ਼ਾਮ ਨੂੰ ਮੈਂ ਬਣਾਊ ਸਬਜ਼ੀ ਮੈਂ ਠੀਕ ਆ ਧੁੱਪ ਨਿਕਲੀ ਹੋਈ ਆ ਨਾ ਨਿਕਲ ਜਾਂਦੀ ਹੈ ਕਦੇ ਬੱਦਲ ਆ ਜਾਂਦਾ ਕਦੇ ਧੁੱਪ ਆ ਜਾਂਦੀ ਹੈ ਪਰ ਅੱਜ ਮੌਸਮ ਖਰਾਬ ਅੱਜ ਹੈ ਇੰਨਾ ਨਹੀਂ ਹੈਗਾ ਕੱਲ੍ਹ ਦਾ ਦੱਸਿਆ ਹੋਇਆ ਦੇਖਦੇ ਹਾਂ ਹੁਣ ਕੱਲ੍ਹ ਮੀਂਹ ਪੈਂਦਾ ਕਿ ਨਹੀਂ ਹੁਣ ਗਾਜਰਾਂ ਪੱਟ ਕੇ ਲਿਆਉਂਦੇ ਹਾਂ ਧਣੀਆਂ ਵੀ ਬੀਬੀ ਨੇ ਸਮਾਰ ਕੇ ਚੀਰ ਲਿਆ ਇੱਧਰ ਗੋਹਾ ਗਿਆ ਗੀਰਾ ਜਦ ਬੀਬੀ ਸਬਜ਼ੀ ਧਰਦੀ ਹੈ ਤਾਂ ਮਤਲਬ ਐਂ ਨਹੀਂ ਹੈਗਾ ਵੀ ਅੱਧ ਵਿਚਾਲੇ ਐਂਡ ਤੱਕ ਬਸ ਜਦ ਤੱਕ ਬਣਦੀ ਨਹੀਂ ਬੀਬੀ ਆਪ ਦੀ ਉਹ ਰਿਸਪੋਂਸੀਬਿਲਟੀ ਸਮਝ ਕੇ ਉਹਨੂੰ ਵੀ ਹਾਂ ਵੀ ਜਦ ਤੱਕ ਬਣਦੀ ਨਹੀਂ ਮੈਂ ਨਹਾ ਕੇ ਇੱਥੇ ਬੈਠ ਕੇ ਗੋਹੇ ਲਾਉਂਦੀ ਹੈ ਚੁੱਲ੍ਹੇ ਕੋਲ ਬੈਠੀ ਰਹਿੰਦੀ ਹੈ ਜਦ ਤੱਕ ਸਬਜ਼ੀ ਨਹੀਂ ਬਣਦੀ ਫਿਰ ਬਾਅਦ 'ਚ ਜਦ ਰੋਟੀ ਲਾਉਣ ਦਾ ਟਾਈਮ ਹੋਊਗਾ ਫਿਰ ਅਸੀਂ ਰੋਟੀ ਲਾ ਲੈਂਦੇ ਹੁੰਦੇ ਹਾਂ ਬਾਅਦ 'ਚ ਫਿਰ ਬੀਬੀ ਆਪਦਾ ਅੰਦਰ ਚਲੇ ਜਾਂਦੀ ਅੰਦਰ ਜਾ ਕੇ ਬਹਿ ਜਾਂਦੀ ਹੈ ਠੰਡ ਕਰਕੇ ਲੈ ਹੁਣ ਦੇਖੋ ਬੀਬੀ ਕਦੇ ਕਦੇ ਤਾਂ ਬੀਬੀ ਜਮ੍ਹਾਂ ਹੀ ਬਿਮਾਰ ਹੋ ਜਾਂਦੀ ਆ ਊਂ ਤਾਂ ਠੀਕ ਹੈ ਬਸ ਠੀਕ ਹੀ ਰਹੇ ਬਸ ਉਹ ਊਂ ਤਾਂ ਉੱਥੇ ਤੱਕ ਤੁਰਦੀ ਨੂੰ ਵੀ ਕਦੇ ਕਦੇ ਸਾਹ ਚੜ੍ਹਦਾ ਹੈ ਪਰ ਇੱਕ ਦਿਨ ਬੀਬੀ ਪਿੱਛੇ ਉਤਰ ਗਈ ਤੀ ਬਿਨਾਂ ਕਹੇ ਹੀ ਬਿਨਾਂ ਦੱਸੇ ਕਿਸੇ ਨੂੰ ਉਸ ਟਾਈਮ ਦਿਖਾਉਣੀ ਤੀ ਪਤਾ ਨਹੀਂ ਲੱਗਿਆ ਵੀ ਬੀਬੀ ਕਦ ਉਤਰੀ ਅਸੀਂ ਤਾਂ ਉਤਰੀ ਵੀ ਉਹ ਦੇਖੀ ਥੱਲੇ ਜੇ ਬੀਬੀ ਦੀ ਵੀਡੀਓ ਬਣਾ ਲੈਂਦੀ ਸਾਰਿਆਂ ਨੇ ਕਹਿਣਾ ਤਾਂ ਵੀ ਹਾਂ ਦੇਖੋ ਵੀ ਬੀਬੀ ਦਾ ਤੁਰ ਸਕਦੀ ਹੈ ਇਹਦਾ ਮਤਲਬ ਤੁਹਾਨੂੰ ਇਹ ਝੂਠ ਹੋ ਰਿਹਾ ਨਹੀਂ ਬਿਮਾਰ ਹੈ ਬਿਮਾਰ ਸਬਜ਼ੀ ਬਣਨ ਵਾਲੀ ਹੋਈ ਆ ਘਰ ਦੀਆਂ ਸਬਜ਼ੀਆਂ ਦਾ ਰੰਗ ਵੀ ਕਿੰਨਾ ਸੋਹਣਾ ਲੱਗਦਾ ਹੋਰ ਮੁੱਲ ਦਾ ਤਾਂ ਉਹ ਹੁੰਦੀਆਂ ਨੇ ਹੈ ਸੁੱਕੀਆਂ ਸੜੀਆਂ ਜਾਂ ਹੁੰਦੀਆਂ ਨੇ ਮੁੱਲ ਦੀਆਂ ਤਾਂ ਹੋਰ ਘਰ ਦੀ ਭਾਜੀ ਵਰਗੀ ਘਰ ਕਾਹਨੂੰ ਰੀਸ ਹੁੰਦੀ ਹੈ ਚੱਲ ਬੀਬੀ ਹੁਣ ਤੂੰ ਬਹਿ ਜਾ ਹੌਲੀ ਹੌਲੀ ਬਣੀ ਜਾਊਗੀ ਆਪੀ ਹੋਰ ਫਰਿੱਜ ਚ ਵੀ ਹਾਲਾ ਹੋਣਾ ਕਦੋਂ ਮੈਂ ਭੁੱਖ ਜਿੰਨੀ ਕਹੇਗੀ ਤੇ ਖਾ ਦੇਗੀ